ਹੈਲੋ ਦੋਸਤੋ, ਹੋਰ ਕਿਵੇਂ ਸਾਰੇ ਜਣੇ? ਦੋਸਤੋ, ਅੱਜ ਫਿਰ ਮੈਂ ਵੀਡੀਓ ਬਣਾਉਣ ਲੱਗਿਆ ਕਿ ਅੱਜ ਇੰਟਰਸਟਿੰਗ ਘਟਨਾ ਜਿਹੜੀ ਘਟੀ ਹੋਈ ਹੈ ਕਿ ਅੱਜ ਹੈ 5 ਸਤੰਬਰ 2024 ਹੈ ਅਤੇ ਹਾਲੇ ਬਰਸਾਤਾਂ ਦਾ ਮੌਸਮ ਜਿਹਾ ਚੱਲ ਰਿਹਾ, ਪਰ ਹੋਇਆ ਕਿ ਅੱਜ ਦੋ ਦਿਨ ਕਿਉਂਕਿ ਬਰਸਾਤ ਸੀ ਵਾਲਾ ਮੌਸਮ ਸੀ, ਥੋੜ੍ਹਾ ਥੋੜ੍ਹਾ ਮੀਂਹ ਵੀ ਪਿਆ, ਪਰ ਅੱਜ ਜਿਹੜਾ ਇੱਕਦਮ ਸਰਦੀ ਵਾਲੇ ਮੌਸਮ ਦਾ ਅਹਿਸਾਸ ਹੋ ਰਿਹਾ, ਕਿਉਂਕਿ ਠੰਡ ਤਾਂ ਨਹੀਂ ਗੀ ਪਰ ਧੁੰਦ ਇੰਨੀ ਜ਼ਿਆਦਾ ਪਈ ਹੈ ਕਿ ਇੰਨੀ ਮੈਂ ਸਰਦੀ ਦੇ ਠੰਡ ਦੇ ਦਿਨਾਂ 'ਚ ਵੀ ਨਹੀਂ ਵੀ ਦੇਖੀ ਹੋਣੀ। ਉਹ ਮੈਂ ਤੁਹਾਨੂੰ ਦਿਖਾ ਦਿੰਦਾ, ਅਤੇ ਆਹ ਦੇਖੋ ਜਿਹਾ ਘਰ ਦੇ ਨਾਲ ਬਾਹਰ ਖੇਤ ਹੈ ਅਤੇ ਇੱਧਰ ਕੋਈ ਕਿੰਨੀ ਧੁੰਦ ਪਈ ਹੋਈ ਹੈ। ਚਾਰ ਚਪੇਰੇ ਬਹੁਤ ਸੰਘਣੀ ਧੁੰਦ ਹੈ, ਸ਼ਾਇਦ ਕੈਮਰੇ 'ਚ ਵੀ ਉਨੀ ਨਾ ਸੰਘਣੀ ਦਿਖਦੀ ਹੋਵੇ ਪਰ ਇਹ ਆਮ ਬਹੁਤ ਜ਼ਿਆਦਾ ਸੰਘਣੀ ਹੈ। ਚਾਰ ਚਪੇਰੇ ਅੱਜ ਧੁੰਦ ਹੀ ਧੁੰਦ ਹੈ ਬਹੁਤ ਜ਼ਿਆਦਾ, ਅਤੇ ਕੋਈ ਇੱਧਰ ਵੀ ਘਰਾਂ ਦੇ ਨਾਲ ਨਾਲ ਜੇ ਘਰਾਂ ਦੇ ਬੂਟੇ ਜਿਹੜੇ ਬਹੁਤ ਧੁੰਦਲੇ ਨਜ਼ਰ ਆ ਰਹੇ ਨੇ, ਅਤੇ ਇੱਧਰ ਗਲੀ 'ਚ ਜਾ ਕੇ ਦੇਖਦੇ ਹੁਣ ਗਲੀ ਆ ਗਏ। ਉਹ ਦੇਖੋ ਜੀ ਕਿੰਨੀ ਗਾੜੀ ਧੁੰਦ ਹੈ, ਕਿਉਂਕਿ ਕੈਮਰੇ ਦੇ ਵਿੱਚ ਉਨੀ ਨਹੀਂ ਜਿਹੜੀ, ਕਿਉਂਕਿ ਫਿਲਟਰ ਵਗੈਰਾ ਲੱਗੇ ਹੁੰਦੇ ਨੇ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਕਲੀਅਰਟੀ ਜ਼ਿਆਦਾ ਹੁੰਦੀ, ਪਰ ਧੁੰਦ ਹੈ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸੰਘਣੀ ਹੈ। ਇਹ ਨੇੜੇ ਕਲੋਜ਼ਅਪ ਕਰਕੇ ਦੇਖੀਏ ਤਾਂ ਜੀ ਦੇਖੋ ਜੀ ਬਿਲਕੁਲ ਕਲੋਜ਼ਅਪ ਕਰੇ ਤੋਂ ਕਿੰਨੀ ਸੰਘਣੀ ਧੁੰਦ ਆ। ਦੇਖੋ ਜੀ ਇੱਧਰ ਜੀਰੀ ਦੇ ਉੱਪਰ ਦੀ, ਵਰਨਾ ਇੱਥੇ ਠੰਡ ਹੁੰਦੀ ਤਾਂ ਕਣਕ ਹੁੰਦੀ, ਜੀਰੀ ਦੇ ਉੱਪਰ ਵੀ ਧੁੰਦ ਪਈ। ਉਹ ਦੇਖੋ ਪੂਰੇ ਮੇਨ ਰੋਡ ਉੱਧਰ ਹੈ ਅਤੇ ਸਾਹਮਣੇ ਮੇਨ ਰੋਡ ਬਿਲਕੁਲ ਨਹੀਂ ਦਿਖਾਈ ਦੇ ਰਿਹਾ। ਟੋਟਲੀ ਸੁੰਨਸਾਨ ਪਿਆ ਚਾਰ ਚਪੇਰੇ, ਆਸੇ ਪਾਸੇ ਦੇ ਘਰ ਵੀ। ਮੈਂ ਚੱਲਿਆ ਜੀ ਛੱਤ ਦੇ ਉੱਪਰ, ਤੋਂ ਉੱਤੋਂ ਦੇ ਪੂਰੇ ਪਿੰਡ ਦਾ ਵਿਊ ਕਿਵੇਂ ਹੈ ਜੀ। ਧੁੰਦ ਵਾਲਾ ਮੌਸਮ ਅੱਜ, ਪਹਿਲੀ ਧੁੰਦ ਸਿਆਲ ਤੋਂ ਪਹਿਲਾਂ ਦੀ ਜਿਹੜੀ ਪਈ ਹੈ। ਉਹ ਜ਼ਿਆਦਾ ਹੀ ਦੇਖੋ ਜੀ ਛੱਤ ਦੇ ਉੱਪਰ, ਉਹ ਦੇਖੋ ਕਿੰਨੀ ਗਹਿਰੀ ਗੂੜੀ ਧੁੰਦ ਹੈ। ਇਸੇ ਪਾਸੇ ਦੇ ਘਰ ਵੀ ਬੜੀ ਮੁਸ਼ਕਲ ਨੇ, ਇੱਕ ਤਾਂ ਘਰ ਛੱਡ ਕੇ ਬਾਕੀ ਕੁਛ ਨਹੀਂ ਦਿਸ ਰਿਹਾ। ਚਲਦੇ ਆਪਾਂ ਆਪਣੇ ਟੋਪ 'ਤੇ, ਮੈਂ ਆ ਗਿਆ ਉੱਪਰ ਬਿਲਕੁਲ ਉੱਪਰਲੀ ਛੱਤ 'ਤੇ, ਅਤੇ ਦੇਖੋ ਗਹਿਰੀ ਧੁੰਦ ਛਾਈ ਹੋਈ ਪੂਰੀ, ਲੱਗਦਾ ਬਿਲਕੁਲ ਹੀ ਜਿਵੇਂ ਸਰਦੀ ਦੇ ਦਿਨ ਹੋਣ। ਚਾਰ ਚਪੇਰੇ ਬਿਲਕੁਲ ਧੁੰਦਲਾ ਹੀ ਦਿਸ ਰਿਹਾ ਹਰ ਤਰਫ, ਇੰਨੀ
ਇਹਦੇ ਨਾਲ ਸਾਰੇ ਖੇਤ ਜੀ ਦੇਖੋ ਪੂਰੀ ਹੁੰਦਾ ਜੀ, ਕੁਛ ਵੀ ਨਹੀਂ ਦਿਸ ਰਿਹਾ। ਹੋ ਸਕਦਾ ਦੋ ਢਾਈ ਘੰਟੇ ਤਾਲੀ ਪੂਰੀ ਤਰ੍ਹਾਂ ਰਹੂਗੀ ਸਾਰੀ ਗੱਡੀਆਂ ਕਾਰਾਂ ਬੱਸਾਂ ਸਭ ਹੌਲੀ ਚੱਲਣਗੀਆਂ, ਕਿਉਂਕਿ ਬਹੁਤ ਜ਼ਿਆਦਾ ਹੀ ਧੁੰਦ ਹੈ। ਮੇਨ ਰੋਡਾਂ ਦੇ ਉੱਪਰ ਤਾਂ ਹੋਰ ਵੀ ਜ਼ਿਆਦਾ ਹੀ ਹੈ, ਕਿਉਂਕਿ ਉੱਧਰ ਦਿਸਦਾ ਹੀ ਕੁਛ ਨਹੀਂ ਹੈ। ਇਹ ਤਾਂ ਚਲੋ ਘਰ ਹੈ, ਕਿਉਂਕਿ ਖੇਤੀ ਗੱਡੀ ਘੱਟ ਹੈ, ਪਰ ਨਾਲ ਦੇਖੋ ਖੇਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਹੈ। ਕੋਈ ਅੱਗੇ ਉਹ ਦੋ ਢਾਈ ਕਿਲੋਮੀਟਰ ਤੱਕ ਬਿਲਕੁਲ ਕਲੀਅਰ ਦਿਸਦਾ ਹੁੰਦਾ, ਪਰ ਅੱਜ ਦੇਖੋ ਆ ਬਿਲਕੁਲ ਨਾਲ ਆਇਆ ਕਿੱਲਾ ਛੱਡ ਕੇ, ਉਹ ਤੋਂ ਬਾਅਦ ਅੱਧਾ ਕੁ ਕਿੱਲੇ ਤੋਂ ਬਾਅਦ ਦਿਸ ਹੀ ਨਹੀਂ ਰਿਹਾ। ਬਹੁਤ ਜ਼ਿਆਦਾ ਕਿ ਆਸਮਾਨ ਦੇ ਵਿੱਚ ਵੀ ਬਸ ਆਪਦੇ ਆਪਦਾ ਘਰ ਦਾ ਹੀ ਥੋੜ੍ਹਾ ਜਿਹਾ ਦੀਂਦਾ, ਔਰ ਚਾਰ ਚੁਪੇਰੇ ਧੁੰਦ ਹੀ ਧੁੰਦ। ਤਾਂ ਥੋੜ੍ਹਾ ਥੋੜ੍ਹਾ ਇਹ ਫੀਲ ਹੋ ਰਿਹਾ ਵੀ ਜਿਵੇਂ ਠੰਡ ਦੇ ਦਿਨਾਂ 'ਚ ਆਦਮੀ ਵੀ ਥੋੜ੍ਹੀ ਗਰਮੀ ਤੋਂ ਰਾਹਤ ਮਿਲਦੀ। ਚਪਾਟੀ ਸਕੂਲ ਜਾਣ ਵਾਸਤੇ ਤਿਆਰ ਹੋ ਫਿਰਦੇ ਆ। ਹਾਂਜੀ ਦੋਸਤੋ, ਤਾਂ ਤੁਹਾਨੂੰ ਮੈਂ ਧੁੰਦ ਦਾ ਮੌਸਮ ਤਾਂ ਦਿਖਾਈ ਦਿੱਤਾ, ਅੱਜ ਹਾਲੇ ਵੀ ਬਹੁਤ ਧੁੰਦ ਹੈ, ਚਾਰ ਚੁਪੇਰੇ ਹੱਥ ਪਿੱਛੇ ਤੁਸੀਂ ਦੇਖ ਸਕਦੇ ਹੋ। ਪਰ ਦੋਸਤੋ ਅੱਜ ਇੱਕ, ਕਿਉਂਕਿ ਅੱਜ 5 ਸਤੰਬਰ ਹੈ ਅਤੇ ਇੱਕ ਯਾਦਗਾਰੀ ਡੇ ਵੀ ਹੈ, ਜਿਹੜੇ ਅਸੀਂ 15-15-20-20 ਸਾਲ ਧੱਕੇ ਜਿੱਥੇ ਖਾਧੇ ਹੈ ਸਕੂਲਾਂ ਦੇ ਵਿੱਚ। ਤਾਂ ਕੀ ਹੁੰਦਾ ਉਸ ਦਿਨ? ਅਧਿਆਪਕ ਦਿਵਸ, ਹੈਪੀ ਟੀਚਰਸ ਡੇ, ਅਤੇ ਉਹ ਅੱਜ ਹੈਗਾ ਜੀ। ਅਤੇ ਆ ਸਾਡੇ ਨੰਨੇ ਮੁੰਨੇ ਬੱਚੇ, ਜਿਹੜੇ ਨੰਨੇ ਮੁੰਨੇ ਬੱਚੇ ਆ ਜਿਨ੍ਹਾਂ ਨੇ ਵੀ ਆਪਦੇ ਸਕੂਲ ਜਾ ਰਹੇ ਆ, ਅਤੇ ਇਹਨਾਂ ਨੇ ਬਣਾਏ ਹੋਏ ਨੇ ਕਾਰਡ ਵਗੈਰਾ, ਅਤੇ ਆਪਦੇ ਟੀਚਰਸ ਨੂੰ ਦੇਣਗੇ। ਅਤੇ ਆਹ ਦੇਖੋ ਜੀ, ਇਹਨਾਂ ਨੇ ਬਹੁਤ ਸੋਹਣੇ ਸੋਹਣੇ ਕਾਰਡ ਬਣਾਏ ਹੋਏ ਨੇ। ਲਓ ਜੀ, ਆਹ ਦੇਖੋ ਇਹਨੇ ਲਿਖਿਆ ਹੋਇਆ ਸਕੂਲ ਦਾ ਬਣਾਇਆ ਹੋਇਆ ਇਹਨੇ ਤਾਂ। ਅਤੇ ਆਹ ਦੇਖੋ ਜੀ, ਬਹੁਤ ਸੋਹਣਾ ਕਾਰਡ ਹੈ, ਹੈਪੀ ਯੂ ਆਰ ਦਾ ਬੈਸਟ ਟੀਚਰ ਇਨ ਦਾ ਵਰਲਡ, ਟੀਚਰਸ ਡੇ ਫਰੋਮ ਕਰਮਨ ਬਰਾੜ ਐਂਡ ਇਸ ਇਜ਼ ਏ ਇਕਾਗਰ ਬਰਾੜ। ਇਹਨੇ ਵੀ ਬਹੁਤ ਸੋਹਣਾ ਕਾਰਡ ਬਣਾਇਆ ਜੀ, ਦੇਖੋ ਟੀਚਰਸ ਡੇ 'ਤੇ ਵੈਲਕਮ, ਓਕੇ ਹੈਪੀ ਹੈਪੀ ਟੀਚਰਸ ਡੇ।